ਹਾਂਜੀ, ਇਹ ਹੈ ਆਪਣੇ ਲਵੇ ਖੁੱਲ੍ਹਿਆ ਖੁਲਾਇਆ ਹੈਗਾ ਪੁੱਠੇ ਗੇਰਾਂ 'ਚ। ਇਹ ਉਹਨਾਂ ਵੀਰਾਂ ਲਈ ਵੀਡੀਓ ਹੈ ਜਿਹੜੇ ਮੇਰੇ ਵੀਰ ਪੁੱਠੇ ਗੇਰਾਂ ਦੇ ਸ਼ੌਕੀਨ ਨੇ ਬੁਲਟ ਚਲਾਉਣ ਦੇ। ਇਹ ਹੈ ਪੁੱਠੇ ਗੇਰਾਂ ਦੇ ਵਿੱਚ ਬੁਲਟ, ਇਹਦੇ ਵਿੱਚ ਤਾਰ ਵਾਇਰਿੰਗ ਵੀ ਨਵੀਂ, ਬੈਟਰੀ ਵੀ ਨਵੀਂ, ਪਲੱਗ ਵੀ ਨਵਾਂ, ਸੁੱਚ ਵੀ ਨਵੀਂ। ਮੋਟਰਸਾਈਕਲ ਚੱਲਿਆ ਨਹੀਂ, ਖੁੱਲ੍ਹਿਆ ਖੁਲਾਇਆ ਆਇਆ ਆਪਣੇ ਕੋਲ, ਅਤੇ ਇਹ ਕਰੰਟ ਨਹੀਂ ਕੱਢ ਰਿਹਾ ਮੋਟਰਸਾਈਕਲ। ਜਵਾਬ ਹੀ ਦੇ ਗਿਆ ਵੀ ਕਹਿੰਦਾ ਹਮ ਤੋਂ ਸਟਾਰਟ ਹੋਣਾ ਹੀ ਨਹੀਂ ਹੈਗਾ, ਅਤੇ ਆਪਾਂ ਫਿਰ ਇਹਨੂੰ ਕਰਦੇ ਹਾਂ ਹੁਣ ਸਟਾਰਟ। ਆ ਦੇਖੋ ਸਾਊਟ ਸੂਟ ਸਾਰੇ ਪੱਟੇ ਪਏ ਨੇ, ਸੁੱਚਾਂ ਸੱਚਾਂ ਇਸ ਲੋਟ ਲਮਕਦੀਆਂ ਨੇਗੀਆਂ, ਅਤੇ ਬੈਟਰੀ ਬਰਾਊਨ ਦੀ ਟਿੱਕੀ ਹੋਈ ਹੈ, ਅਤੇ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਇਹਨੂੰ ਪਾਉਂਦੇ ਹਾਂ ਹੱਥ, ਅਤੇ ਤੁਹਾਨੂੰ ਫਿਰ ਦੱਸਦੇ ਹਾਂ ਫਾਲਟ, ਅਤੇ ਫਾਲਟ ਹੈ ਕਿੱਥੇ, ਅਤੇ ਆਪਾਂ ਇਹਨੂੰ ਲੱਗਦੇ ਹਾਂ ਕੰਮ ਕਰਨ। ਠੀਕ ਹੈ ਜੀ, ਅਤੇ ਆਓ ਫਿਰ ਮਿਲੀਏ। ਕਿਉਂ ਵਿੰਦਰ ਜੀ, ਕੱਢੀਏ ਫਿਰ ਆਪਾਂ ਫਾਲਟ ਇਹਦਾ। ਹਾਂ ਜੀ, ਅਤੇ ਆ ਫਿਰ ਲੱਗੀਏ ਫਿਰ ਆਪਾਂ ਕਾਰ ਪਰਮਾਤਮਾ ਨੂੰ ਜਾਂ ਸੱਚੇ ਪਾਤਸ਼ਾਹ ਨੂੰ। ਅਤੇ ਡਿਸਟੀਬਿਊਟਰ ਵਗੈਰਾ ਪੌਂਟ ਪੂੰਟ ਵੀ ਪੱਟ ਰੱਖਿਆ। ਠੀਕ ਹੈ, ਅਤੇ ਆਪਾਂ ਫਿਰ ਤੁਹਾਨੂੰ ਫਾਲਟ ਦੱਸਦੇ ਹਾਂ ਇਹਦੇ, ਫਾਲਟ ਹੈ ਕਿੱਥੇ। ਹਾਰਨ ਦੀ ਰਿਲੇਅ ਵੀ ਲੌਂਕੀ ਜਾਂਦੀ ਹੈ, ਅਤੇ ਪਲੱਗ ਵੀ ਖੋਲ੍ਹਿਆ ਪਿਆ। ਚਲੋ ਆਪਾਂ ਸਭ ਤੋਂ ਪਹਿਲਾਂ ਤਾਂ ਬੈਟਰੀ 'ਚ ਕਰੰਟ ਚੈੱਕ ਕਰੋ ਵੀ ਹੈਗਾ ਕਹੀਂ ਨਹੀਂ ਗਾ। ਠੀਕ ਹੈ, ਅਤੇ ਇਦੋਂ ਬਾਅਦ ਆਪਾਂ ਇਹਦੀ ਵਾਇਰਿੰਗ ਚੈੱਕ ਕਰਦੇ ਹਾਂ ਵੀ ਪੁੱਠੀ ਹੈ ਸਿੱਧੀ ਹੈ, ਕਿਹੜਾ ਕੋਡ ਨੰਬਰ ਪਾ ਰੱਖਿਆ ਇਹਦੇ ਵਿੱਚ। ਚਲੋ ਪਾਈ ਤਾਂ ਪੁੱਠੇ ਗੇਰਾਂ ਵਾਲੀ ਹੋਈ ਹੈ, ਸਟੈਂਡਰਡ ਦੀ ਵੀ ਹੈਗੀ ਲਾਈਟ ਵਾਇਰਿੰਗ, ਤਾਂ ਫਾਲਟ ਕੋਈ ਛੋਟਾ ਮੋਟਾ ਹੀ ਹੈ, ਕੋਈ ਬਾਹਲਾ ਵੱਡਾ ਨਹੀਂ ਹੈਗਾ, ਪਰ ਆਇਆ ਇਹ ਹੱਥ ਖੜ੍ਹੇ ਕਰਾ ਕੇ। ਚਲੋ ਮਿਲਦੇ ਹਾਂ ਅੱਗੇ। ਠੀਕ ਹੈ ਜੀ, ਪਹਿਲਾਂ ਉਹ ਬੁਲਟ 'ਤੇ ਵੀ ਆਪਾਂ ਵਾਇਰਿੰਗ ਪਾਈ ਹੈ, ਉਹ ਤਾਂ ਟੰਗੀ ਹੋਈ ਹੈ, ਉਹ ਹੈ BS4। ਲੈ ਵੀ ਆਪਾਂ ਕਰੰਟ ਚੈੱਕ ਕਰ ਪਹਿਲਾਂ ਤਾਂ ਬੈਟਰੀ ਦਾ। ਠੀਕ ਹੈ, ਬੱਲੇ ਬੱਲੇ ਚਿੰਗੜੇ ਮਾਰ ਰਿਹਾ, ਮੇਰਾ ਫੋਨ ਆ ਗਿਆ ਯਾਰ। ਬੈਟਰੀ 'ਚ ਕਰੰਟ ਤਾਂ ਓਕੇ ਹੈ, ਮੇਰਾ ਫੋਨ ਆ ਗਿਆ, ਫੋਨ ਸੁਣਨਾ ਫਿਰ ਦੱਸਦਾ ਫਾਲਟ ਕਿੱਥੇ ਨੇ ਇਹਦੇ। ਤਾਈ ਫੋਨ ਤਾਂ ਲਿਆ, ਸੁਣ ਹੁਣ ਆ ਫਿਊਜ਼ ਚੈੱਕ ਕਰ ਇਹਦਾ, ਫਿਊਜ਼ ਵੀ ਸਹੀ ਹੈ, ਬਾਕੀ ਵੈਸੇ ਡਾਇਰੈਕਟ ਕਰ ਲਾ, ਐਵੇਂ ਕੋਈ ਚੱਕਰ ਨਹੀਂ। ਠੀਕ ਹੈ, ਫਿਊਜ਼ ਬਾਅਦ ਚਲਾ ਦਿੰਦੇ ਆਪਾਂ, ਅਤੇ ਵਾਇਰਿੰਗ ਚੈੱਕ ਕਰਦਾ ਮੈਂ ਸਾਰੇ ਵੀ ਸਾਰੇ ਵੀ ਕਿਵੇਂ ਨੇ, ਪੁੱਠੇ ਸਿੱਧੇ ਸਾਊਟ ਇਹਦੇ ਕਿਵੇਂ ਲਾਏ ਹੋਏ ਨੇ, ਅਤੇ ਤੁਹਾਨੂੰ ਦੱਸਦਾ। ਠੀਕ ਹੈ, ਠੀਕ ਹੈ ਜੀ, ਆਇਆ ਉੱਠ ਕੇ ਉੱਧਰਲੀ ਸਾਈਡ ਆ ਮਤਲਬ ਆ ਗਿਆ ਜੀ। ਜਿਹੜੀ ਆਹ ਗੀਲੀ ਹੈ ਤੁਸੀਂ ਕਹੋਗੇ ਕਰੰਟ ਨਾਲ ਇਹਦਾ ਕੀਤਾ ਲਗਾ ਕੇ, ਜਿਹੜਾ ਆਹ ਲੀਵਰ ਹੈ ਇਹਨੂੰ ਤਾਹਾਂ ਲਏ ਚੱਕਾ ਘੁਮਾ ਕੇ, ਤੁਰੇ ਵੱਗ ਗਿਆ ਹੁਣ ਇੱਧਰ ਦੀ ਆਇਆ ਵੀ ਫੇਰ ਆ ਗਿਆ ਜੀ, ਉਰੇ ਪੇਚ ਕਸ ਧਰ ਲਓ ਇੱਕ ਮਿੰਟ। ਹਾਂ ਜੀ, ਅਤੇ ਇੱਧਰੋਂ ਉਰੇ ਨਿਸ਼ਾਨ ਰੱਖਣਾ ਆਪਾਂ ਨੇ, ਇਹ ਦੋ ਵੇਲ ਪਿਸਟਨ ਟੋਪ 'ਤੇ ਆਉਂਦਾ ਹੁੰਦਾ, ਮੈਂ ਪਿਸਟਨ ਇਹ ਟੋਪ 'ਤੇ ਲਿਆਊਂ ਜਿੱਥੇ ਪੇਚ ਕਸ ਖੜ ਗਿਆ, ਇਹ ਆਦੇ ਹੁਣ ਪੇਚ ਕਸ ਤਾਂ ਇਹਦੀ ਨੀਚੇ ਮੁੜ ਗਿਆ, ਉੱਧਰ ਮੇਰਾ ਹੱਥ ਦਿਖਾ ਥੱਲੇ ਨੀਚੇ ਕਿੱਥੋਂ ਲਿਆਉਣਾ ਇਹ ਟਾਪ ਗੇਅਰ ਪਾ ਕੇ। ਠੀਕ ਹੈ, ਠੀਕ ਹੈ, ਇੱਧਰ ਪੇਚ ਕਸ ਦਿਖਾ ਦਵਾਂ, ਆ ਗਿਆ ਟੋਪ 'ਤੇ, ਉਰੇ ਬਿਲਕੁਲ ਟੋਪ 'ਤੇ ਹੈ, ਦੋ ਗੇਰ ਟੋਪ 'ਤੇ ਆਉਂਦਾ ਹੁੰਦਾ, ਉਰੇ ਸਹੀ ਹੈ, ਇੱਥੇ ਦੇਖ ਕਰੰਟ ਆਉਂਦਾ, ਸੁੱਚ ਲੱਗੀ ਹੋਈ ਆਹ ਨਹੀਂ, ਕਰੰਟ ਆਇਆ ਨਹੀਂ, ਇਹਦੇ ਚੱਕਰ ਪਤਾ ਕਿੱਥੇ ਪਵਾਇਆ ਹੋਊਗਾ। ਅਰੇ ਆਹ ਪਲੇਟ ਆ ਜਿਹੜੀ, ਇਹਦੇ ਵਿੱਚ ਫਾਲਟ ਆਇਆ ਹੋਊਗਾ ਜ਼ਰੂਰ 100%। ਇੱਕ ਮਿੰਟ ਪਹਿਲਾਂ ਆਪਾਂ ਮੀਟਰ ਚੈੱਕ ਕਰ ਲਈਏ, ਇੱਧਰਲੇ ਪਾਸੇ ਮੀਟਰ ਲਵੇ ਲਿਆ, ਮੈਂ ਆ ਗਿਆ ਜੀ,
ਜਿਹੜਾ ਮੀਟਰ ਦੀਆਂ ਮੇਨ ਦੀਆਂ ਮੀਟਰ ਦੀਆਂ ਤਾਰਾਂ ਨੇ ਇਹਨੂੰ ਡਾਇਰੈਕਟ ਕਰ ਲਓ। ਕਰੰਟ ਦਿੱਤਾ ਨਹੀਂ ਇਹਨਾਂ ਨੇ ਅਤੇ ਇੱਧਰ ਲਾ ਲਓ ਇਹਨੂੰ, ਠੀਕ ਹੈ। ਟੱਚ ਮਿਲ ਗਿਆ ਆਪਸ ਮੇਂ, ਹਾਂ ਇਹ ਮੀਟਰ ਦਾ ਸੰਬੰਧ ਹੀ ਕੱਟਿਆ ਗਿਆ, ਇਹ ਆਪਾਂ ਡਾਇਰੈਕਟ ਹੀ ਕਰ ਲਿਆ ਉੱਥੇ। ਆ ਚੱਲੀਏ ਉੱਧਰਲੀ ਸਾਈਡ, ਚਲੋ ਜੀ। ਦੁਰੇ ਵੀ ਕਰੰਟ ਨਹੀਂ ਦਿੱਤਾ ਇਹਨੇ, ਆ ਲੈ ਕਰੰਟ ਆ ਗਿਆ, ਆ ਗਿਆ ਕਰੰਟ ਦਿਖਾਉਂਦਾ। ਹਾਂ ਜੀ ਹਾਂ ਦਿਖਾਉਂਦਾ ਨਾ, ਦਿਖਾ ਰਿਹਾ ਹੈ, ਫੁੱਲ ਕਰੰਟ ਆ ਰਿਹਾ। ਤੁਹਾਡੇ ਇੱਕ ਤਾਂ ਇਹ ਪਲੇਟ ਚੈੱਕ ਕਰਨੀ ਆ ਆਪਾਂ ਨੇ, ਇੱਕ ਮੀਟਰ ਚੈੱਕ ਕਰਨਾ, ਠੀਕ ਹੈ। ਤੁਹਾਨੂੰ ਫਾਲਟ ਸਹੀ ਦੱਸੂੰਗਾ ਵੀ ਇਹਦੇ ਵਿੱਚ ਫਾਲਟ ਆ ਕਿ ਮੀਟਰ ਦੇ ਵਿੱਚ ਫਾਲਟ ਆ, ਇੱਥੇ ਹੀ ਰੱਖ ਅਤੇ ਆਪਾਂ ਚੈੱਕ ਪਾ ਦਈਏ ਇੱਧਰ ਨਾ। ਆਇਆ ਆ ਗਿਆ ਜੀ, ਆਪਾਂ ਨੇ ਤਾਰਾਂ ਕੱਢਤੀਆਂ, ਜਿੱਕ ਪਾਤਾ, ਠੀਕ ਹੈ। ਛੇੜਿਆ ਤਾਂ ਨਹੀਂ ਮੈਂ, ਨਾ ਜੀ, ਇੱਧਰ ਦੇ ਆ ਗਈ, ਕਰੰਟ ਆਇਆ ਨਹੀਂ, ਆਇਆ ਨਹੀਂ ਨਾ, ਨਾ ਜੀ। ਤੁਹਾਡਾ ਮੀਟਰ ਖਰਾਬ ਹੈ, ਠੀਕ ਹੈ, ਤਾਂ ਜਾ ਉੱਧਰ, ਆਪਣਾ ਮੀਟਰ ਖਰਾਬ ਆ, ਮੀਟਰ ਦਾ ਖਰਾਬ ਹੈਗਾ ਹੀ ਹੈਗਾ ਬੇਟਾ। ਆਹ ਚੱਕਰ ਹੈ ਨਾ ਦੇਖ, ਇਹ ਸਪਾਰਕਿੰਗ ਮਾਰੀ ਆ ਦੇਖ ਕਿੰਨੀ ਪਲੇ ਆ ਇਹਦੇ ਵਿੱਚ, ਠੀਕ ਹੈ। ਜਿਹੜੀ ਆਹ ਕੀਲੀ ਆ ਦੇਖ ਕਿੰਨੀ ਹੱਲੀ ਜਾਂਦੀ ਹੈ, ਨਾਲੇ ਇਹਦੀ ਪਾਊਂਡ ਪਲੇਟ ਬਦਲੋ ਨਾਲ ਹੀ ਮੀਟਰ ਬਦਲੋ। ਇਹ ਕਿੱਥੇ ਜਾ ਕੇ ਬਦਲਣੀ ਹੈ ਇਹ ਵੀ ਤੁਹਾਨੂੰ ਦੱਸ ਦੇਣਾ, ਆ ਜਾਓ ਕਿੱਥੇ ਬਦਲਣੀ ਹੈ, ਕਿੱਥੇ ਪਿਸਟਨ ਮਤਲਬ ਟੋਪ 'ਤੇ ਹੋਊਗਾ, ਆਹ ਕਿੱਥੇ ਬਦਲਣੀ ਆ ਦੇਖ, ਹੁਣ ਥੱਲੇ ਜਾ ਰਿਹਾ ਨਾ ਪਿਸਟਨ ਮਿੰਦਰਾ, ਆ ਥੱਲੇ, ਹੁਣ ਮੈਂ ਤਾਹਾਂ ਲਿਆਉਂਗਾ ਉੱਪਰ, ਆ ਦੇ ਆ ਨਾ ਉੱਪਰ, ਹਾਂ ਜੀ, ਠੀਕ ਹੈ। ਇਹ ਇੱਕ ਜਿਹੜੇ ਹੋਰ ਵੀ ਦੁਬਾਰੇ ਆਊਗਾ ਮੁੜ ਕੇ, ਆ ਇੱਕ ਪੇਜ ਦਾ ਉਰੇ ਆ ਗਿਆ, ਦੀਗਾ ਇਹ ਉਰੇ ਆ ਗਿਆ, ਇੱਥੇ ਨਹੀਂ ਬਦਲਣਾ, ਇਹ ਕਿੱਥੇ ਬਦਲਣਾ ਤਰੀਕਾ ਤੁਹਾਨੂੰ ਹੋਰ ਦੱਸਾਂ, ਜਮੀ ਸੌਖਾ ਉੱਧਰ ਦੀ ਆਓ। ਆ ਗਈ ਆਹ ਪਲੇਟ ਖੋਲ ਲੈਣੀ ਹੈ, ਸੌਖਾ ਤਰੀਕਾ ਜਿੱਥੇ ਆ ਦੋਨੇ ਸਲਾਈਆਂ ਆ ਦੇ, ਇੱਕ ਸਲਾਈ ਟਾਇਟ ਹੈ ਇੱਕ ਰੈਲੀ ਆ, ਠੀਕ ਹੈ। ਜਿੱਥੇ ਇਹ ਦੋਨੇ ਸਲਾਈਆਂ ਸਹੀ ਘੁੰਮਣਗੀਆਂ ਉੱਥੇ ਪਾਊਂਟ ਸਹੀ ਕੰਮ ਕਰੂਗਾ। ਅੱਜ ਹੁਣ ਪਾਊਂਟ ਵੀ ਦਿਖਾਉਣਾ ਤੁਹਾਨੂੰ ਦੁਬਾਰੇ, ਕਿੱਥੇ ਕੰਮ ਨਵਾਂ ਪਾਊਂਟ ਦਾ ਕੱਢ ਰੱਖਿਆ, ਇੱਧਰ ਮੇਰੇ ਪੇਜ ਕਾਸ਼ 'ਚ ਧਿਆਨ ਰੱਖੀ, ਉਰੇ ਜਮ੍ਹਾਂ ਟੋਪ 'ਤੇ ਇੱਥੇ ਨੀਚੇ ਮੁੜ ਗਿਆ, ਇਹ ਉਰੇ ਜੇ ਇੱਥੇ ਸਲਾਈਆਂ ਸਹੀ ਘੁੰਮਦੀਆਂ ਨੇ ਤਾਂ ਉਰੇ ਟਾਈਮ ਇਹਦਾ ਪਾਊਂਟ ਪਾਉਣਾ ਤੁਸੀਂ ਨੇ, ਦੇਖ ਉੱਧਰ ਦੀ ਮੈਂ ਸਲਾਈਆਂ ਚੈੱਕ ਕਰਨਾ ਇੱਕ ਮਿੰਟ, ਆ ਜਾ ਉੱਧਰ ਦੀ ਦਿਖਾਈ ਦੇ, ਆ ਗਿਆ ਜੀ, ਜੇ ਹਾਂ ਸਲਾਈ ਘੁੰਮਦੀ ਹੈ, ਹਾਂ ਜੀ ਹੱਲ ਰਹੀ ਹੈ, ਇੱਧਰਲੀ ਸਲਾਈ ਵੀ ਹੱਲ ਰਹੀ ਹੈ,
ਪੌਂਟ ਦੁਆਰੇ ਪਾਉ, ਥੱਲੇ ਬਾਸ਼ਲ ਲੱਗੀ ਹੁੰਦੀ ਇੱਕ, ਇਹ ਪੌਂਟ ਮੈਂ ਦੁਬਾਰੇ ਫੇਰ ਪਾ ਲੈਣਾ ਉੱਥੇ। ਤੇ ਆ ਦੇਖੋ ਪਾ ਲਿਆ, ਠੀਕ ਹੈ ਹਾਂ ਜੀ। ਅਤੇ ਸੁੱਚ ਲੱਗੀ ਹੈ, ਸੁੱਚ ਉਹ ਪਰ ਮੀਟਰ ਡਾਇਰੈਕਟ ਕਰਨਾ, ਮੀਟਰ ਖਰਾਬ ਆ ਆਪਣਾ, ਉਹਨੂੰ ਡਾਇਰੈਕਟ ਕਰੋ, ਉਰੇ ਕਰੰਟ ਸਹੀ ਹੋਊ। ਮੀਟਰ ਨਵਾਂ ਪਾ ਦਿਉ ਅਤੇ ਆਹ ਪਲੇਟ ਬਦਲ ਦਿਉ, ਪਲੇਟ ਬਦਲ ਦਿਉ ਚਾਹੇ ਪੌਂਟ ਬਦਲ ਦਿਉ। ਪਲੇਟ ਦਾ ਮਤਲਬ ਆਊਗੀ 1300 ਕੁਛ ਰੁਪਈਆਂ ਦੀ, ਠੀਕ ਹੈ ਜੀ। ਪੌਂਟ ਆਊ ਤੁਹਾਡਾ 370-380 ਕੁ ਰੁਪਏ ਦਾ ਆ ਜਾਂਦਾ ਹੁੰਦਾ ਹੈਗਾ ਜੇ ਪੌਂਟ ਆਹ ਲੈ ਪਲੇਟ ਬਦਲੀ ਜਾਵੇ, ਚੰਗੀ ਗੱਲ ਹੈ। ਜੂੜ ਹੀ ਵੱਡਾ ਜਾਊ ਇਹਦਾ ਫਾਲਟ ਦਾ, ਨਾਲੇ ਦਾ ਇਹ ਪੌਂਟ ਪਲੇਟ ਮੰਗਾ ਲਓ ਨਵੀਂ, ਨਾਲੇ ਮੰਗਾ ਲਓ ਮੀਟਰ, ਠੀਕ ਹੈ। ਇਹ ਫੇਰ ਫਾਲਟ ਰੋਟ ਆਊਗਾ ਤੁਹਾਡਾ। ਪਲੇਟ ਤਾਂ ਮੈਂ ਇਹ ਵੀ ਠੀਕ ਕਰ ਦੂੰਗਾ, ਮੀਟਰ ਤਾਂ ਵੈਸੇ ਨਵਾਂ ਪਾਉਣਾ ਪਊਗਾ। ਪਲੇਟ ਤਾਂ ਜੇ ਰਿਪੇਅਰ, ਅਗਲਾ ਕਹੂਗਾ ਵੀ ਨਹੀਂ ਪਾਉਣੀ ਤਾਂ ਆਪਾਂ ਇਹਨੂੰ ਵੀ ਰਿਪੇਅਰ ਕਰ ਦਾਂਗੇ, ਪਰ ਸਹੀ ਜੂੜ ਤਾਂ ਇਹਦਾ ਫੇਰ ਹੀ ਵੱਡਾ ਜਾਊਗਾ। ਨਕੇਮ ਵੀ ਸਾਨੂੰ ਸੁੱਕੀ ਪਈ ਆ, ਲੈ ਵੇਟ ਕਿਵੇਂ ਖੜਕ ਦੇਣਾ, ਵੇਟ ਵੀ ਖਾਲੀ ਪਏ ਨੇ। ਉਹ ਵੇਟ ਹੁੰਦੇ ਨੇ ਇਹਦੇ ਵਾਲੇ, ਹੈ ਨਾ, ਆਹ ਵੇਟ ਹੁੰਦੇ ਨੇ ਇਹਦੇ ਵੇਟ। ਆਹਦੇ ਹਲਦੇ ਵੀ ਚਾਰਜਿੰਗ ਮੀਟਰ ਵੀ ਆ ਗਿਆ ਆਪਣਾ, ਪਲੇਟ ਵੀ ਆ ਗਈ। ਰੇਟ ਦੱਸਾਂ ਤੁਹਾਨੂੰ ਇਹ 265 ਰੁਪਈਆਂ ਦਾ ਮਿੰਟਾਂ ਦਾ, ਅਤੇ ਇਹੀ ਮੀਟਰ ਕਾਮਯਾਬ ਆ ਇਹਦੇ ਵਿੱਚ। ਟੈਂਕੀ ਕਿਹੜਾ ਭਾਲੂ ਮਖਾ, ਹੁਣ ਆਹ ਮੀਟਰ ਕਾਮਯਾਬ ਹੈ ਇਹ 'ਚ, ਸਟੈਂਡਰਡ ਪੁੱਠੇ ਗੇਰਾਂ ਵਾਲੇ 'ਚ। ਜਿਹੜੀ ਆ ਕੇਮ ਹੈ ਇਹਦਾ ਰੇਟ ਹੈਗਾ ਜੀ 1400 ਰੁਪਈਆ। ਇਹਦੀ ਪਲੇਟ ਵੀ ਆ ਗਈ, ਇਹ ਪਲੇਟ ਪਾ ਕੇ ਫੇਰ ਸੈੱਟ ਚੱਲੂ ਮੋਟਰਸਾਈਕਲ, ਠੀਕ ਹੈ ਜੀ। ਪੌਂਟ ਕੰਡੈਸਰ ਅਤੇ ਨਾਲ ਹੀ ਕੇਮ, ਜਿਹੜੇ ਉਹਦੇ ਵੇਟ ਖੜਕੀ ਜਾਂਦੇ ਨੇ ਉਹ ਵਿੱਚ ਕੰਪਲੀਟ ਨੇ, ਠੀਕ ਹੈ ਠੀਕ ਹੈ ਜੀ। ਹਾਂ ਫਿਰ ਮੋਟਰਸਾਈਕਲ ਸਹੀ ਚੱਲੂਗਾ। ਆਹ ਦੋਨੇ ਚੀਜ਼ਾਂ ਪਾ ਕੇ, ਮੀਟਰ ਪਾ ਕੇ ਪਲੇਟ ਪਾ ਕੇ, ਜੇ ਰਿਪੇਅਰ ਕਰਨੀ ਹੁੰਦੀ ਉਹ ਇੱਕ ਜਗਾੜ ਜਿਹਾ ਹੋ ਜਾਂਦਾ, ਪਰ ਸਹੀ ਗੱਲ ਨਹੀਂ ਬਣਨੀ ਪਈ। ਹੁਣ ਇਹ ਪਾ ਕੇ ਇਹਦੀ ਨਸ਼ਾ ਹੋ ਜੂ, ਠੀਕ ਹੈ। ਮਿਲਦੇ ਹਾਂ ਫਿਰ ਅੱਗੇ। ਕੇਮ ਪਤਾ ਕਿੱਥੇ ਪਾਉਣੀ ਹੈ, ਜਿੱਥੇ ਆਹ ਲਾਈਟ ਚਲਾ, ਮੇਰੇ ਫੋਨ ਦੀ ਵੀ ਚਲਾਵਾ, ਜਿੱਥੇ ਤੁਹਾਡੀਆਂ ਆਹ ਪਿਸਟਨ ਉੱਧਰ ਟੋਪ 'ਤੇ ਕਰਕੇ ਆਹ ਸਿਲਾਈ ਇੱਧਰਲੀ ਵੀ ਸਹੀ ਘੁੰਮ ਰਹੀ ਹੈ, ਇੱਧਰਲੀ ਵੀ ਘੁੰਮ ਰਹੀ ਹੈ, ਇਹ 'ਚ ਤਾਹਾਂ ਨਹੀਂ ਪਲੇ, ਥੱਲੇ ਵੀ ਪਲੇ ਨਹੀਂ, ਠੀਕ ਹੈ। ਇਹ ਚੱਕਰ ਕੀ ਹੋਇਆ, ਜਿਹੜੀਆਂ ਇਹਦੇ ਥੱਲੇ ਪਿਨੀਅਨ ਹੈ, ਠੀਕ ਹੈ, ਮਾਰਕਾ ਇਹ ਖਰਾਬ ਹੈ, ਚੱਲ ਨਹੀਂ ਰਿਹਾ। ਮੈਂ ਅੰਦਾਜ਼ੇ ਨਾਲ ਤੁਹਾਨੂੰ ਆਈ ਦੱਸ ਦੇਣਾ, ਜਿਹੜੀ ਇੱਕ ਇੱਧਰ ਕੇਮ ਹੈ, ਇੱਕ ਇੱਧਰ ਕੇਮ ਹੈ, ਠੀਕ ਹੈ। ਇਹਨਾਂ ਦੇ ਜਿਹੜੇ ਡਾਊਟ ਨੇ, ਜਿਹੜਾ ਉਰੇ ਵਾਲਾ ਡਾਊਟ ਹੈ ਇਹ ਇੱਥੇ ਸਹੀ ਮਿਲ ਗਿਆ, ਜਿਹੜਾ ਪਿਨੀਅਨ ਦਾ ਇਹ ਉਰੇ ਸਹੀ ਮਿਲ ਗਿਆ। ਮਤਲਬ ਕਿ ਤੁਹਾਨੂੰ ਟਾਈਮ ਪਲੇਟ ਖੋਲਣ ਦੀ ਲੋੜ ਨਹੀਂ ਪੈਣੀ, ਆਹ ਡਾਊਟ ਵੀ ਉਰੇ ਸਹੀ ਆ ਗਿਆ, ਆਹ ਵੀ ਉਰੇ ਆ ਗਿਆ, ਇਹ ਮਿਲ ਗਏ ਜਿੱਥੇ ਤੁਹਾਡੀਆਂ ਸਿਲਾਈਆਂ ਸਹੀ ਘੁੰਮਦੀਆਂ ਨੇ। ਇਹ ਤੁਸੀਂ ਹੁਣ ਕੇਮ ਪੁਰਾਣੀ ਖੋਲ੍ਹ ਕੇ ਕਿੱਥੇ ਪਾਉਣੀ ਹੈ ਉਹ ਵੀ ਤੁਹਾਨੂੰ ਦੱਸਦਾ, ਆਓ ਜੀ ਤੁਹਾਨੂੰ ਦੱਸਾਂ। ਦੇਖੋ ਮੈਂ ਟੱਕ ਲਾਇਆ ਉਰੇ, ਟੱਕ ਲਾ ਕੇ ਵੀ ਪਤਾ ਨਹੀਂ ਲੱਗਦਾ, ਅਤੇ ਮੈਂ ਫਿਰ ਮਾਰ ਕੇ ਇਹਦੀ ਨਿਸ਼ਾਨੀ ਲਾਈ ਉਰੇ, ਵੀ ਤੁਹਾਨੂੰ ਦੱਸ ਦਿਆਂ। ਇਹ ਤੁਸੀਂ ਕੇਮ ਪੁਰਾਣੀ ਖੋਲ੍ਹਣੀ, ਪੁਰਾਣੀ ਕੇਮ ਖੋਲ੍ਹਣ ਤੋਂ ਪਹਿਲਾਂ ਕੀ ਕਰਨਾ ਤੁਸੀਂ, ਇਹ ਪਿਸਟਣਾ ਆਪਣਾ ਟੋਪ 'ਤੇ, ਟਾਇਰ ਟਾਪਣੀਆਂ ਬਿਲਕੁਲ ਸਹੀ ਨੇ, ਤੂੰ ਕੈਮਰਾ ਉਹ ਰੱਖ। ਜਿਹੜਾ ਆਹ ਨਿਸ਼ਾਨ ਹੈ ਜਿੱਥੇ ਆ ਕੇ ਪੌਂਟ ਦਾ ਮੂੰਹ ਖੁੱਲਦਾ ਹੁੰਦਾ, ਤੁਸੀਂ ਨਵੀਂ ਕੇਮ ਇਹਨੂੰ ਹੀ ਸਿੱਧੀ ਰੱਖਣੀ ਹੈ, ਠੀਕ ਹੈ ਵਿੰਦਰ ਜੀ, ਠੀਕ ਹੈ। ਅਤੇ ਆਹ ਕੇਮ ਮਤਲਬ ਕਿ ਜਿੱਥੋਂ ਪੌਂਟ ਦਾ ਮੂੰਹ ਖੁੱਲਦਾ ਉਰੇ ਰੱਖਣੀ ਹੈ। ਜਿਹੜੇ ਪਿਛਲੇ ਵੇਟ ਨੇ ਨਿਉਟ ਲੋਏ ਖੜ੍ਹੇ ਨੇ, ਜਦੋਂ ਆਪਾਂ ਇਹ ਕੇਮ ਵੀ ਨਵੀਂ ਲਾ, ਇਹ ਵੇਟ ਐਂ ਖੁੱਲਦੇ ਹੁੰਦੇ ਨੇ, ਸਟਾਰਟ ਹੋ ਕੇ ਖੁੱਲਦੇ ਨੇ ਨਾ, ਮੇਰੀ ਅੰਗੂਠਾ ਅਤੇ ਉਂਗਲ ਦਿਖਣ ਨਹੀਂ ਦਿੰਦੇ। ਅਤੇ ਇੱਥੇ ਹੀ ਪਾਉਣਾ, ਜਿਹੜੀ ਆਹ ਪਲੇਟ ਦਾ ਵਿੱਚ ਚੱਲ ਹੁੰਦੀ ਹੈ, ਇਹ ਆਪਾਂ ਨੂੰ ਰਿਟਾਇਰ ਕਰਨਾ ਇੱਧਰ ਨੂੰ ਹੋਊਗਾ, ਐਡਵਾਂਸ ਕਰਨਾ ਇੱਧਰ ਨੂੰ ਹੋਊਗਾ,
ਜੇ ਬੈਕ ਮਾਰਦਾ ਮੋਟਰਸਾਈਕਲ ਤਾਂ ਪਲੇਟ ਇੱਧਰ ਨੂੰ ਕਰਨੀ ਪਊਗੀ, ਜੇ ਬੈਕ ਨਹੀਂ ਦਿਖਾ ਰਿਹਾ ਨੋਰਮਲ ਤਾਂ ਮਾੜੀ ਪਲੇਟ ਉੱਧਰ ਨੂੰ ਕਰਨੀ ਪਊਗੀ। ਮਤਲਬ ਉਰੇ ਆ ਕੇ ਤੁਹਾਡਾ ਟਾਈਮ ਇੰਜਣ ਦਾ ਕਰੰਟ ਦਾ ਬਿਲਕੁਲ ਸਹੀ ਬਣੂਗਾ, ਇੱਥੇ ਹੀ ਮੋਟਰਸਾਈਕਲ ਸਟਾਰਟ ਹੋਊਗਾ। ਆਪਾਂ ਇਹ ਕੇਮ ਖੜਕਦੀ ਹੈ, ਇਹ ਆਵਾਜ਼ ਆਉਂਦੀ, ਆਪਾਂ ਨੇ ਮੰਗਾ ਲਈ, ਇਹ ਨਵੀਂ ਪਾਵਾਂਗੇ, ਕੇਮ ਵੀ ਪਲੇਟ ਵੀ ਮੀਟਰ ਵੀ। ਠੀਕ ਹੈ, ਠੀਕ ਹੈ ਵਿੰਦਰ, ਠੀਕ ਹੈ ਜੀ। ਹਾਂ, ਸੋ ਉੱਥੋਂ ਫਿਰ ਵੀ ਡਿਸਟ੍ਰੀਬਿਊਟਰ ਦਾ ਕਰੰਟ ਉੜ ਜਾਂਦਾ, ਫਿਰ ਤੁਸੀਂ ਕਰਨਾ ਆਹ ਬੈਂਡ ਖੋਲ੍ਹ ਕੇ ਆਹ ਪਲੇਟ ਖੋਲ੍ਹ ਲੈਣੀ ਹੈ। ਜਦੋਂ ਪਲੇਟ ਖੋਲ੍ਹ ਲਈ ਤੁਸੀਂ ਨੇ, ਇਹਦਾ ਕੀ ਕਰਨਾ, ਜਿਹੜਾ ਪਿਨੀਅਨ ਦਾ ਨਿਸ਼ਾਨ ਆ ਉਰੇ ਆਊਗਾ। ਠੀਕ ਹੈ, ਇੱਥੇ ਫਿਰ ਅਗਲੀ ਗੇਮ ਦਾ ਆਜੂਗਾ, ਇੱਕ ਨਿਸ਼ਾਨ ਗੇਮ ਤਾਂ ਇੱਧਰ ਹੋਊਗਾ, ਫਿਰ ਤੁਸੀਂ ਨੇ ਆਹ ਗੇਮ ਪਾ ਦੇਣੀਆਂ। ਇੱਥੇ ਤੁਹਾਡੀਆਂ ਦੋਨੇ ਟੈਬਲੇਟਾਂ ਬਿਲਕੁਲ ਸਹੀ ਹੋਣਗੀਆਂ। ਜਿਹੜੇ ਆਹ ਵਿਚਾਲੇ ਦੋ ਹੈਲਪਰ ਆ ਗਏ, ਇਹਨਾਂ ਦਾ ਕੋਈ ਟਾਈਮ ਨਹੀਂ ਹੁੰਦਾ, ਇੱਕ ਗਰਾਜ ਦਾ ਬਿਨਾਂ ਕਹੇ ਪਾ ਦਿਓ, ਜਿਹੜੀ ਗੇਮਾਂ ਦੇ ਨਾਲ ਪਊਗੀ ਪਾਤੀ। ਅਤੇ ਜਿਹੜਾ ਆਹ ਹੈ, ਇਹ ਜਿੱਥੇ ਤੁਹਾਡਾ ਅਕਾਊਂਟ ਦਾ ਮੂੰਹ ਬਿਲਕੁਲ ਟੋਪ 'ਤੇ ਖੁੱਲ੍ਹਾ, ਅਤੇ ਇੱਧਰੋਂ ਤੁਹਾਡਾ ਟਾਈਮ ਸਹੀ ਹੈ, ਇੱਧਰੋਂ ਵੀ ਤੁਹਾਡਾ ਟਾਈਮ ਸਹੀ ਹੈ, ਉਹ ਗਰਾਰੀ ਤੁਸੀਂ ਨੇ ਇੱਥੇ ਬੋਝ ਕੇ ਜੇ ਪਾ ਦੇਣੀ ਹੈ। ਠੀਕ ਹੈ, ਇੰਨਾ ਹੀ ਕੰਮ ਹੁੰਦਾ ਇਹਦਾ। ਠੀਕ ਹੈ ਵਿੰਦਰ ਜੀ, ਠੀਕ ਹੈ ਜੀ। ਇਹ ਗੇਮ ਲਿਖ ਲੂ ਪਤਾ ਕਿਵੇਂ, ਤੁਸੀਂ ਗੇੜਾ ਨਹੀਂ ਦੇਣਾ, ਐਂ ਲਿਖਣੀ ਆ। ਆ ਕੀ ਵਾਰ ਇਹਨੂੰ ਪਹਿਲਾਂ ਹੁਣ ਆਪਾਂ ਵਿੱਚੋਂ ਸਫਾਈ ਕਰਾਂਗੇ, ਕਿੰਨਾ ਗੰਦ ਮੰਦ ਬਣਿਆ ਪਿਆ, ਪੈਟਰੋਲ ਦਿਓ ਥੋੜ੍ਹਾ ਜਿਹਾ ਦਿੰਦੇ ਜੀ। ਰੋਕ ਜੀ, ਹੋ ਗਿਆ ਵਿੱਚੋਂ ਸਾਫ਼। ਹਾਂ ਜੀ, ਆਹ ਗੇਮ ਨਵੀਂ ਹੈ, ਆਹ ਗੇਮ ਪੁਰਾਣੀ ਹੈ। ਠੀਕ ਹੈ, ਆ ਦੇਖ ਇਹਦੇ ਜੰਗਾਲ ਲੱਗਿਆ ਪਿਆ, ਆਹ ਨਵੀਂ ਹੈ। ਠੀਕ ਹੈ, ਠੀਕ ਹੈ ਜੀ। ਇਹਦਾ ਆਹ ਨਿਸ਼ਾਨ ਆ ਜਿਹੜਾ ਉਰੇ ਵਾਲਾ, ਉਰੇ ਜੇ ਦੇਖ ਲੱਗਦਾ ਸਹੀ। ਹਾਂ ਜੀ, ਮਾਰ ਕੇ ਦਾ ਨਿਸ਼ਾਨ ਜਿਹਾ ਹਟ ਗਿਆ ਪੈਟਰੋਲ ਨਾਲ, ਹੈ ਨਾ, ਉਹਦਾ ਮੈਂ ਟੱਕ ਵੀ ਲਾਇਆ ਹੋਇਆ। ਆਹ ਗਰੀਸ ਚੱਕ ਚੱਕ ਨਹੀਂ, ਉਰੇ ਨਟ ਐਟ ਹੋ ਗਿਆ, ਜੇ ਨਟ ਕਸ ਤੇ ਗੇੜਾ ਆ ਜੂਗਾ ਐਂ ਨੂੰ ਐਂ, ਫਿਰ ਕੋਈ ਚੱਕਰ ਨਹੀਂ। ਠੀਕ ਹੈ, ਠੀਕ ਹੈ, ਫਿਰ ਐਂ ਕੋਈ ਚੱਕਰ ਨਹੀਂ ਹੁੰਦਾ, ਉਹਦਾ ਤੁਹਾਡਾ ਨਿਸ਼ਾਨ ਤਾਂ ਉੱਥੇ ਬਿਲਕੁਲ ਸਹੀ ਵੀ ਹੈ, ਐਂ ਵੇਟ ਹੱਲਣੇ ਚਾਹੀਦੇ ਨੇ। ਇਹ ਆ ਦੇਖ ਨਹੀਂ ਰੱਖੀ, ਕੱਟਣਾ ਮਾਰੀ, ਆ ਦੇਖ ਇੱਥੇ ਪਿਸਟਨ ਮੇਰਾ, ਟੋਪ 'ਤੇ ਆ ਵੀ ਉਰੇ। ਠੀਕ ਹੈ, ਅਤੇ ਉਰੇ ਪਲੇਟ ਲਾ ਦਿੰਦੇ, ਬਸ ਆਪਾਂ ਗਰੀਸ ਪਾ ਦਈਏ ਇਹਦੇ ਵਿੱਚ ਥੋੜ੍ਹਾ ਜਿਹਾ। ਠੀਕ ਹੈ ਜੀ, ਰੋਕ ਮਾੜਾ ਜਿਹਾ, ਐਂ ਹੱਲਣਾ ਚਾਹੀਦਾ ਇਹ ਨਟ ਕਸੇ ਤੋਂ। ਠੀਕ ਹੈ, ਗਰੀਸ ਆਪਾਂ ਲਾ ਲਿਆ ਵਿੱਚ, ਅਤੇ ਪਲੇਟ ਇਹ ਥੋੜ੍ਹੀ ਜਿਹੀ ਔਖੀ ਪਊਗੀ, ਇਹ ਪਊਗੀ ਦੇਖੀ ਐਂ, ਤੁਸੀਂ ਨੋਜ ਪਲਾਸ ਐਂ ਤਾਂ ਸਾਨੂੰ ਕਰ ਲੈਣਾ ਪੌਂਟ ਨੋਜ ਪਲਾਸ ਨਾਲ। ਠੀਕ ਹੈ, ਆਹ ਦੇਖ ਉਹ ਵਿਚਾਲਾ ਆਊਗਾ, ਇੱਧਰੋਂ ਦੇਖ ਮੇਰਾ ਆਹ ਪੌਂਟ ਦਾ ਮੂੰਹ ਕਿੰਨਾ ਜ਼ਿਆਦਾ ਖੁੱਲ੍ਹ ਗਿਆ। ਹਾਂ ਜੀ, ਠੀਕ ਹੈ, ਹੁਣ ਇਹਦੀ ਮੈਂ ਸੈਟਿੰਗ ਕਰੂੰਗਾ, ਸੈਟਿੰਗ ਕਰਕੇ ਫਿਰ ਤੁਹਾਨੂੰ ਦੱਸ ਦਿੰਦਾ ਤੁਹਾਨੂੰ, ਮਾੜਾ ਰੁੱਕ। ਦੇਖ ਉਰੇ ਹੁਣ ਆਪਣਾ ਨਟ ਲੱਗ ਗਿਆ ਡਿਸਟ੍ਰੀਬਿਊਟਰ ਦਾ, 8 ਨੰਬਰ ਦਾ ਸਟੱਡ ਵਿਚਾਲੇ ਲੱਗ ਗਿਆ ਨਾ, ਅਤੇ ਇੱਥੇ ਪੌਂਟ ਦਾ ਮੂੰਹ ਖੁੱਲ੍ਹਾ ਦੇਖ, ਠੀਕ ਹੈ ਨਾ, ਖੁੱਲ੍ਹਾ। ਉਰੇ ਪਿਸਟਨ ਵੀ ਟੋਪ 'ਤੇ ਆਪਣਾ, ਇਹ ਆਹ ਦੇਖ ਪਿਸਟਨ ਵੀ ਦਿਖਾਉਣਾ ਤੈਨੂੰ, ਉਰੇ ਟੋਪ 'ਤੇ ਨਾ, ਇਹ ਉਹ ਨੀਚੇ ਲੱਗ ਗਿਆ, ਇਹ
ਉਹਦੇ ਟੌਪ 'ਤੇ ਆ ਕੇ ਖੜ ਗਿਆ। ਇੱਧਰ ਦੇਖ ਪੌਂਟ ਦਾ ਮੂੰਹ ਖੁੱਲ੍ਹਾ ਨਾ, ਹੱਥ ਬੁਰਾ ਫਿਰ ਵੀ ਹਾਂ ਜੀ ਖੁੱਲ੍ਹਾ ਨਾ, ਬੰਦ ਕਿੱਥੇ ਹੋਊਗਾ ਜੀ ਰੱਖੀ ਚੱਲਦੇ 'ਚ, ਇਹ ਜਦੋਂ ਉਰੇ ਜਾ ਕੇ ਬੰਦ ਉਹ ਹੋ ਗਿਆ ਬੰਦ। ਅਤੇ ਜਦੋਂ ਮੈਂ ਕਰੰਟ ਵੀ ਚੈੱਕ ਕਰਾ ਦੇਣਾ, ਹਾਲੇ ਮੈਂ ਤਾਰ ਰਹਿੰਦੀ ਆ ਲਾਉਣ ਵਾਲੀ, ਤਾਰ ਲਾ ਕੇ ਫਿਰ ਮੈਂ ਕਰੰਟ ਚੈੱਕ ਕਰਾ ਦੇਣਾ। ਆਪਣੀ ਲੱਗ ਗਈ, ਹੁਣ ਆਪਾਂ ਮੀਟਰ ਪਾਉਂਦੇ ਹਾਂ, ਮੀਟਰ ਪਾ ਕੇ ਫਿਰ ਕਰੰਟ ਆਊਗਾ। ਠੀਕ ਹੈ ਠੀਕ ਹੈ ਜੀ। ਅਤੇ ਮੀਟਰ ਪਊਗਾ ਕਿਸ ਤਰੀਕੇ ਨਾਲ, ਇਹਦੇ ਨਾਲ ਮਾੜਾ ਆਪਾਂ ਨੇ ਗਰੀਸ ਲਾ ਲੈਣਾ। ਲੱਗ ਗਿਆ ਨਾ, ਆਹ ਦੇਖੋ ਆਹ ਮੀਟਰ ਪਾਵਾਂਗੇ ਆਪਾਂ ਇਹ 'ਚ ਮਿੰਟਾਂ ਦਾ, ਆਹ ਸਵਿਸ ਦਾ ਜਿਹਨੂੰ ਕੱਢ ਰਹੇ ਹਾਂਗੇ ਆਪਾਂ ਸਾਈਡ 'ਤੇ। ਠੀਕ ਹੈ ਆ ਗਿਆ, ਉਹਨਾਂ ਇੱਧਰ ਮੈਂ ਚੈੱਕ ਲਾਇਆ ਵਾ, ਤਾਂ ਤਾਰਾਂ 'ਚ ਸੂਚ ਸ਼ੂ ਹੀ ਪਾਉਣੇ ਨੇ। ਆ ਗਿਆ ਇੱਧਰ, ਠੀਕ ਹੈ ਜੀ, ਬਸ ਆ ਗਿਆ ਇੱਧਰ। ਮੈਂ ਕਿਹਾ ਸੁੱਚ ਵੀ ਲੱਗ ਗਈ, ਆ ਗਈ ਲਾਈਟ ਇਹਦੇ ਵਿੱਚ। ਹਾਂ ਜੀ ਆ ਗਿਆ, ਹੁਣ ਕਰੰਟ ਥੱਲੇ ਵੀ ਚੈੱਕ ਕਰਾਵਾਂ। ਚਲੋ ਜੀ ਦੇਖ, ਉਰੇ ਪਿਸਟਨ ਆਪਣਾ ਟੌਪ 'ਤੇ ਕਰਿਆ ਹੋਇਆ, ਉਰੇ ਕਰੰਟ ਆਊਗਾ। ਦੇਖ ਪੇਜ ਕਾਸ ਲਵੇ ਆ ਗਿਆ। ਹਾਂ ਜੀ ਅਲੱਗ ਲਵੇ ਆ ਗਿਆ, ਪਲੱਗ ਲਵੇ ਵੀ ਆ ਗਿਆ, ਹੱਥ ਮੜਾ ਯਾਰ। ਹਾਂ ਉਰੇ ਠੀਕ ਆ, ਅਤੇ ਕਿੱਕ ਮਾਰ ਕੇ ਵੀ ਆਊਗਾ, ਮੈਂ ਕਿੱਕ ਨਾਲ ਵੀ ਚੈੱਕ ਕਰਦਾ। ਆਉਂਦਾ ਜੀ, ਆਉਂਦਾ ਆਉਂਦਾ, ਸਟਾਰਟ ਵੀ ਹੋਊਗਾ। ਠੀਕ ਹੈ ਠੀਕ ਹੈ ਜੀ, ਆਪਾਂ ਇਹਨੂੰ ਉਹ ਲਾ ਲਈਏ, ਟੈਂਕੀ ਵੀ ਧਰ ਲਾਉਂਦੇ ਹਾਂ। ਆਰਵੇਟਰ ਸਾਫ਼ ਕਰ ਦੇਦਾ ਸਾਰਾ ਖੋਲ੍ਹ ਕੇ, ਠੀਕ ਹੈ ਆਰਵੇਟਰ ਸਾਫ਼ ਕਰ ਦੇਦਾ, ਐਂ ਬਣਾ ਦੇ ਗੱਲ ਇਹਦੀ। ਆਹ ਕੁਛ ਨਿਕਲਿਆ ਜੀ ਕਾਰਵੇਟਰ ਚੋਂ, ਠੀਕ ਹੈ ਅਤੇ ਹਾਂ ਕਾਰਵੇਟਰ ਦੀ ਕਰ ਦੇ ਵਿੰਦਰ ਫਿਟਿੰਗ, ਅਤੇ ਬਰੀਕੀ ਹੈ ਸਮਾਨ ਹੈ ਨਾ, ਕਰ ਦੇ ਫਿੱਟ ਫਿਰ। ਠੀਕ ਹੈ
ਕਿਵੇਂ ਚੱਲਦਾ ਜੀ? ਠੀਕ ਹੈ ਜੀ। ਹਾਂਜੀ ਦੋਸਤੋ, ਜੇ ਤੁਹਾਨੂੰ ਸਾਡਾ ਇਹ ਕੰਮ ਕੀਤਾ ਹੋਇਆ ਵਧੀਆ ਲੱਗਿਆ, ਸਾਡਾ ਚੈਨਲ ਸਬਸਕ੍ਰਾਈਬ ਵੀ ਕਰਨਾ ਅਤੇ ਅੱਗੇ ਵੀ ਸ਼ੇਅਰ ਕਰਨਾ। ਅਤੇ ਤੁਹਾਨੂੰ ਇਹ ਕੰਮਾਂ ਦੇ ਫਾਲਟ ਨੇ ਵੀਡੀਓ ਅਸੀਂ ਪਾਉਂਦੇ ਰਹਿੰਦੇ ਹਾਂ ਵੀ ਕੋਈ ਲਾਈਟ ਵਾਇਰ ਵਿੱਚ ਫਰਕ ਆਉਂਦਾ, ਕੋਈ ਸਿਸਟਮ ਦਾ ਫਰਕ ਆਉਂਦਾ, ਕੋਈ ਗੇਮਾਂ ਦੀ ਆਵਾਜ਼ ਆਉਂਦੀ ਹੈ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਸੀਂ ਪਾਉਂਦੇ ਰਹਿੰਦੇ। ਜਾਣਕਾਰੀ ਲਈ ਤੁਸੀਂ ਨੇ ਤੁਹਾਡੇ ਨਾਲ ਵੀਡੀਓ ਆਉਂਦੀ ਰਹੂਗੀ, ਤੁਸੀਂ ਨੇ ਚੈਨਲ ਲਾਲ ਬਟਨ ਹੈ ਉਹਨੂੰ ਸਬਸਕ੍ਰਾਈਬ ਕਰ ਲੈਣਾ, ਉਹਦਾ ਕੋਈ ਪੈਸਾ ਨਹੀਂ ਲੱਗਦਾ, ਠੀਕ ਹੈ ਨਾ ਜੀ। ਉਹਦੇ ਵਿੱਚ ਚੈਨਲ ਨੋਟੀਫਿਕੇਸ਼ਨ ਤੁਹਾਡੇ ਨਾਲ ਇਹ ਆਉਂਦਾ ਰਹਿੰਦਾ ਵੀ ਜਿਹੜਾ ਵੀ ਕੋਈ ਨਾ ਕੋਈ ਫਾਲਟ ਕੱਢਦੇ ਰਹਿੰਦੇ ਆ ਮੋਟਰਸਾਈਕਲਾਂ ਦਾ, ਉਹ ਤੁਹਾਡੇ ਲਵੇ ਜਲਦ ਤੋਂ ਜਲਦ ਛੇਤੀ ਪਹੁੰਚ ਜਾਂਦਾ। ਠੀਕ ਹੈ ਜੀ, ਧੰਨਵਾਦ, ਓਕੇ, ਅੱਗੇ ਮਿਲਦੇ ਰਹਾਂਗੇ, ਰੱਬ ਤੁਹਾਨੂੰ ਚੜ੍ਹਦੀ ਕਲਾ ਰੱਖੇ, ਵਾਹਿਗੁਰੂ। ਠੀਕ ਹੈ ਜੀ, ਧੰਨਵਾਦ।